ਪਵਿੱਤਰ ਕਾਲੀ ਬੇਈ ਨਦੀ ਕਿਨਾਰੇ ਨਿਰਮਲ ਕੁਟੀਆ ਦੇ ਵਿੱਚ ਵਾਤਾਵਰਣ ਸੰਬੰਧੀ ਆ ਰਹੀਆਂ ਦਰਪੇਸ਼ ਸਮੱਸਿਆਵਾਂ ਅਤੇ ਵਾਤਾਵਰਣ ਸੰਬੰਧੀ ਜਾਗਰੂਕਤਾ ਦੇ ਲਈ ਇੱਕ ਵੱਡਾ ਸੈਮੀਨਾਰ ਕਰਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਵਾਤਾਵਰਣ ਚਿੰਤਕਾਂ ਨੇ ਹਿੱਸਾ ਲਿਆ ਅਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਜੀ ਨੇ ਭਵਿੱਖਵਾਦੀ ਚਿੰਤਾ ਪ੍ਰਗਟ ਕੀਤੀ। ਬਹੁਤ ਸਤਿਕਾਰਯੋਗ NGT ਦੇ ਚੇਅਰਮੈਨ ਜਸਟਿਸ ਗੋਇਲ ਸਾਹਿਬ, ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਜਸਟਿਸ ਜਸਵੀਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਜਸਟਿਸ ਸ਼੍ਰੀ ਪ੍ਰੀਤਮਪਾਲ ਜੀ, ਸ਼੍ਰੀ SC ਅਗਰਵਾਲ ਸਾਹਿਬ, ਸਤਿਕਾਰਯੋਗ ਬਾਬੂ ਰਾਮ ਜੀ, ਸ਼੍ਰੀ ਆਦਰਸ਼ਪਾਲ ਵਿਜ ਜੀ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ, ਪੋਲਿਊਸ਼ਨ ਕੰਟਰੋਲ ਬੋਰਡ ਦੇ ਹੋਰ ਸਾਰੇ ਅਧਿਕਾਰੀ, ਬਹੁਤ ਸਤਿਕਾਰਯੋਗ ਬਾਬਾ ਗੁਰਮੇਜ ਸਿੰਘ ਜੀ, ਸਾਡੇ ਵਿਦੇਸ਼ਾਂ ਤੋਂ ਆਏ ਵੀਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਾਰੇ ਗੁਰੂ ਰਸ਼ਨਾਂ ਨੂੰ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸੁਲਤਾਨਪੁਰ ਦੀ ਪਾਵਨ ਧਰਤੀ ਪਵਿੱਤਰ ਬੇਈ ਤੇ ਪਹੁੰਚਣ ਤੇ ਅਸੀਂ ਜੀ ਆਇਆਂ ਕਹਿੰਦੇ ਹਾਂ, ਹਿਰਦੇ ਚੋਂ ਕੁਟਾਨ ਕੁਟਾਨ ਧੰਨਵਾਦ ਕਰਦੇ ਹਾਂ। ਅੱਜ ਉਹ ਪਾਕ ਪਵਿੱਤਰ ਨਦੀ ਜਿਸ ਵਿੱਚ ਬਾਬੇ ਨਾਨਕ ਨੇ ਟੁੱਬੀ ਲਾਈ ਤੇ ਰੱਬੀ ਬਾਣੀ ਲੈ ਕੇ ਆਏ, ਜੋ ਅੱਜ ਸਾਰੇ ਵਿਸ਼ਵ ਵਾਸਤੇ ਰਾਹ ਦਸੇਰਾ, ਅੱਜ ਸਾਰਾ ਵਿਸ਼ਵ ਜਿਹੜਾ ਹੈ ਪੋਲਿਊਸ਼ਨ ਤੋਂ ਪ੍ਰਭਾਵਿਤ ਆ। ਗਲੋਬਲ ਵਾਰਮਿੰਗ ਦੀ ਗੱਲ ਦੁਨੀਆਂ ਦੇ ਵਿੱਚ ਚੱਲਦੀ ਹੈ, ਪਰ ਬਾਬੇ ਨਾਨਕ ਨੇ 500 ਸਾਲ ਤੋਂ ਪਹਿਲਾਂ ਇਹ ਗੱਲ ਸਾਨੂੰ ਦੱਸੀ ਸੀ ਕਿ ਸਾਡਾ ਕੁਦਰਤ ਦੇ ਨਾਲ ਰਿਸ਼ਤਾ ਕੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ। ਸੋ ਸਾਰਾ ਸੰਸਾਰ ਹੱਸਦਾ ਵੱਸਦਾ ਰਵੇ ਤਾਂ ਹੀ ਰਹਿ ਸਕਦਾ ਜੇ ਹਵਾ ਪਾਣੀ ਤੇ ਧਰਤੀ ਨੂੰ ਅਸੀਂ ਸਤਿਕਾਰ ਦੇਵਾਂਗੇ। ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਵਰਗਾ ਮਾਂ ਅਸੀਂ ਕਹਿੰਦੇ ਤਾਂ ਹੈ ਪਰ ਮਾਂ ਦਾ ਸਤਿਕਾਰ ਨਹੀਂ ਦਿੰਦੇ। ਸੋ ਇਹ ਤਿੰਨ ਤੱਤ ਸਾਡੇ ਜੀਵਨ ਦੇ ਅਹਿਮ ਆ। ਜਦੋਂ ਇਹਨਾਂ ਤਿੰਨਾਂ ਤੱਤਾਂ ਦੇ ਵਿੱਚ ਕੋਈ ਇਹਦੇ ਪ੍ਰਭਾਵਿਤ ਹੁੰਦੇ ਆ ਤਾਂ ਉਹਦੇ ਤੋਂ ਸਾਰੀ ਸ੍ਰਿਸ਼ਟੀ ਪ੍ਰਭਾਵਿਤ ਹੁੰਦੀ ਆ, ਪਸ਼ੂ ਪੰਛੀ ਮਨੁੱਖ ਤੇ ਜਲਚਰ ਜੀਵ, ਅੱਜ ਤਿੰਨੋਂ ਹੀ ਪ੍ਰਭਾਵਿਤ ਆ। ਸ਼ੁੱਧ ਹਵਾ ਹੈ ਨਹੀਂ, ਸ਼ੁੱਧ ਪਾਣੀ ਹੈ ਨਹੀਂ ਤੇ ਸ਼ੁੱਧ ਖੁਰਾਕ, ਤਿੰਨੇ ਹੀ ਜਿਹੜਾ ਹੈ ਤਿੰਨਾਂ ਤੋਂ ਹੀ ਜਿਹੜਾ ਹੈ ਮਨੁੱਖ ਪ੍ਰਭਾਵਿਤ ਆ। ਬਿਮਾਰੀਆਂ ਦੇ ਨਾਲ ਕੈਂਸਰ ਵਰਗੇ ਹੋਰ ਭਿਆਨਕ ਰੋਗ ਜਿਹੜੇ ਹੈਗੇ ਆ ਇਲਾਜ ਰੋਗਾਂ ਦੇ ਵਿੱਚ ਬਦਲ ਰਿਹਾ। ਸੋ ਇਹ ਸਾਡੀਆਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਆਪਾਂ ਸਜ਼ਾ ਭੋਗ ਰਹੇ ਹਾਂ ਤੇ ਅਸੀਂ ਤਾਂ ਲੰਬੇ ਸਮੇਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਆਪਣੇ ਹੱਥੀਂ ਆਪਣਾ ਆਪੇ ਹੀ ਕਾਸ ਵਾਰੀਏ। ਇਹ ਗੰਦ ਪਾਇਆ ਵੀ ਅਸੀਂ ਆ, ਪ੍ਰਦੂਸ਼ਿਤ ਵੀ ਅਸੀਂ ਕੀਤੇ ਆ ਤੇ ਸੁਧਾਰਨੇ ਵੀ ਅਸੀਂ, ਪਰ ਉਹਦੇ ਵਾਸਤੇ ਜੋ ਜਿਹੜੇ ਨਹੀਂ ਸਮਝਣ ਵਾਲੇ, ਜਿਹਨਾਂ ਨੂੰ ਨਹੀਂ ਇਹ ਬਾਣੀ ਦੀ ਸਮਝ ਪੈਂਦੀ, ਜਿਹਨਾਂ ਨੂੰ ਕੁਦਰਤ ਦਾ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਉਹਨਾਂ ਵਾਸਤੇ 1974 ਦਾ ਐਕਟ ਬਣਿਆ ਤੇ ਉਹਦੇ ਅਧੀਨ ਬਹੁਤ ਕੁਛ ਆ। ਜਿਹੜੀ ਉਹਦੀ ਪੋਲਿਊਸ਼ਨ ਐਕਟ ਦੀ ਧਾਰਾ 17 ਦੇ ਵਿੱਚ 1.5 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ, ਪਰ ਸਾਡੇ ਚੇਅਰਮੈਨ ਸਾਹਿਬ ਬੈਠੇ ਆ, ਹਜੇ ਤੀਕਰ ਪੂਰੇ ਭਾਰਤ ਵਿੱਚ 6 ਸਾਲ ਦੀ ਸਜ਼ਾ ਕਿਸੇ ਨੂੰ ਨਹੀਂ ਹੋਈ ਹੋਣੀ। ਕਾਰਨ ਇਹ ਆ ਕਿ ਜਾਂ ਤਾਂ ਅਸੀਂ ਭਾਓ ਪਿਆਰ ਹੋਵੇ ਭਾਓ ਹੋਵੇ
ਜਾਂ ਜਿਹੜਾ ਹੈਗਾ ਸਾਡੇ ਡੰਡਾ ਜਿਹੜਾ ਹੈਗਾ ਕਾਨੂੰਨ ਆ ਉਹ ਕੰਮ ਕਰੇ। ਅਸੀਂ ਜਾਗਰੂਕ ਹੁੰਦੇ ਹੋਏ ਵੀ ਸਾਰਾ ਕੁਛ ਕਰ ਰਹੇ ਹਾਂ, ਇਹਨੂੰ ਜਦੋਂ ਫਿਰ ਨਹੀਂ ਮਨੁੱਖ ਸਮਝਦਾ ਤੇ ਫਿਰ ਕੋਰਟਾਂ ਜਿਹੜੀਆਂ ਹੈਗੀਆਂ ਤੁਸੀਂ ਦੇਖਿਆ ਕਿ ਕਾਫੀ ਜਸਟਿਸ ਸਾਹਿਬ ਜਿਨ੍ਹਾਂ ਨੇ ਕਾਫੀ ਜੁਰਮਾਨੇ ਇਨਵਾਇਰਮੈਂਟ ਕੰਪਨਸੇਸ਼ਨ ਲੈ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਦਮ ਚੁੱਕਣੇ ਪੈਣਗੇ ਤਾਂ ਹੀ ਆ, ਕਿਉਂਕਿ ਸਾਰੀਆਂ ਚੀਜ਼ਾਂ ਮਨੁੱਖ ਵਾਸਤੇ ਆ। ਜੋ ਕੁਛ ਵੀ ਇੱਥੇ ਦੇਖ ਰਹੇ ਹਾਂ ਜੇ ਮਨੁੱਖੀ ਜੀਵਨ ਹੀ ਹੈ ਨਹੀਂ ਤਾਂ ਫਿਰ ਇਹਨਾਂ ਪਦਾਰਥਾਂ ਤੋਂ ਆਪਾਂ ਕੀ ਕਰਾਂਗੇ। ਸੋ ਅੱਜ ਬਹੁਤ ਵੱਡੀ ਲੋੜ ਆ, ਸਾਨੂੰ ਖੁਸ਼ੀ ਦੀ ਗੱਲ ਆ ਕਿ ਜਦੋਂ ਤੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਿਆ, ਜਦੋਂ ਦੇ ਜੱਜ ਸਾਹਿਬ ਆਏ ਆ ਤੇ ਤਕਰੀਬਨ 2017 ਤੋਂ ਲੈ ਕੇ ਇਹਨਾਂ ਦੇ ਨਾਲ ਵਾਸਤਾ ਹੈ ਸਾਡਾ, ਇਹਨਾਂ ਨੇ ਨਿਗਰਾਨ ਕਮੇਟੀ ਦੇ ਸਾਨੂੰ ਮੈਂਬਰ ਬਣਾਇਆ। ਅਸੀਂ ਜਾਣਦੇ ਵੀ ਨਹੀਂ ਸੀ, ਨਾ ਅਸੀਂ ਇਹਨਾਂ ਨੂੰ ਦੇਖਿਆ ਸੀ ਨਾ ਇਹਨਾਂ ਨੇ ਸਾਨੂੰ ਦੇਖਿਆ ਸੀ, ਪਰ ਸਾਨੂੰ ਫੋਨ ਤੇ ਪੁੱਛਿਆ ਸੀਗਾ, ਚੰਗੀ ਗੱਲ ਆ, ਅਸੀਂ ਸੇਵਾਵਾਂ ਦੇਣ ਨੂੰ ਤਿਆਰ ਹਾਂ। ਪਰ ਉਹਦੇ ਨਾਲ ਬਹੁਤ ਪੰਜਾਬ ਦੇ ਵਿੱਚ ਕੰਮ ਵੀ ਹੋਇਆ ਤੇ ਬਹੁਤ ਕੰਮ ਹਜੇ ਕਰਨ ਵਾਲਾ ਵੀ ਹੈ। ਸੋ ਉਹਦੇ ਵਾਸਤੇ ਜਿਹੜਾ ਹੈਗਾ ਕਾਨੂੰਨ ਪ੍ਰਭਾਵੀ ਢੰਗ ਦੇ ਨਾਲ ਲਾਗੂ ਹੋ ਜਾਏ ਤੇ ਅਸੀਂ ਕਹਿੰਦੇ ਇੰਗਲੈਂਡ ਦਾ, ਅਮਰੀਕਾ ਦਾ, ਯੂਰਪ ਦੇ ਨਾਲੋਂ ਸਾਡਾ ਦੇਸ਼ 1000 ਦਰਜੇ ਚੰਗਾ ਹੋ ਸਕਦਾ। ਜੋ ਸ਼ੇਅਰ ਉੱਤਾਂ ਸਾਨੂੰ ਮਿਲੀਆਂ ਇਹ ਕਿਸੇ ਮੁਲਕ ਨੂੰ ਨਹੀਂ ਮਿਲੀਆਂ। ਜੋ ਕੁਦਰਤ ਨੇ ਨਿਆਮਤਾਂ ਇਸ ਧਰਤੀ ਨੂੰ ਦਿੱਤੀਆਂ, ਰਿਸ਼ੀਆਂ ਮੁਨੀਆਂ ਦੀਆਂ ਬਰਕਤਾਂ, ਪਰ ਅਫਸੋਸ ਆ ਕਿ ਅਸੀਂ ਉਹਨਾਂ ਦਾ ਬਰਕਤਾਂ ਦਾ ਲਾਭ ਨਹੀਂ ਲੈ ਰਹੇ, ਸਗੋਂ ਅਸੀਂ ਉਹਨਾਂ ਬਰਕਤਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਂਝੇ ਕਰ ਰਹੇ ਹਾਂ। ਸੋ ਉਹ ਕਿਵੇਂ ਉਹਨਾਂ ਤੋਂ ਬਚਿਆ ਜਾ ਸਕਦਾ ਤੇ ਕਿਸ ਤਰ੍ਹਾਂ ਇਹ ਕਾਨੂੰਨ ਨੂੰ 1974 ਦੇ ਐਕਟ ਨੂੰ ਲਾਗੂ ਕਰਾਇਆ ਜਾ ਸਕਦਾ, ਸਾਡੀ ਸਾਰਿਆਂ ਦੀ ਜਾਗਰੂਕਤਾ ਦੀ ਲੋੜ ਆ। ਸਾਨੂੰ ਇਕੱਲਾ ਕੋਰਟਾਂ ਦੇ ਡੰਡੇ ਨਾਲ ਹੀ ਨਹੀਂ, ਸਾਨੂੰ ਆਪ ਸਮਝਣ ਦੀ ਲੋੜ ਆ ਕਿ ਅਸੀਂ ਆਪਣੇ ਭਵਿੱਖ ਵਾਸਤੇ ਉਹਨਾਂ ਨੂੰ ਅਸੀਂ ਕੀ ਦੇ ਕੇ ਜਾਣਾ। ਜਿਸ ਦਿਨ ਅਸੀਂ ਇਸ ਦੁਨੀਆਂ 'ਤੇ ਆਏ ਸੀ, ਸਾਡੀ 1962 ਦਾ ਜਨਮ ਆ, ਉਸ ਵੇਲੇ ਬਿਲਕੁਲ ਇਨਵਾਇਰਮੈਂਟ ਸਾਫ਼ ਸੁਥਰਾ ਸੀ ਅਤੇ ਅੱਜ ਕਿੱਥੇ ਪਹੁੰਚ ਗਿਆ ਅਤੇ ਕੀ ਆਪਾਂ ਦੇ ਕੇ ਜਾਵਾਂਗੇ, ਇਹ ਬਹੁਤ ਵੱਡੀ ਚਿੰਤਾ ਹੈ। ਅਰਦਾਸ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਕਿ ਸਤਿਗੁਰ ਕਿਰਪਾ ਕਰਨ, ਸਾਰਿਆਂ ਨੂੰ ਸਮਤ ਬਖਸ਼ਣ। ਅਸੀਂ ਤਾਂ ਰੋਜ਼ ਅਰਦਾਸ ਕਰਦੇ ਹਾਂ ਰੋਜ਼ਾਨਾ ਕਿ ਪਾਤਸ਼ਾਹ ਕਿਰਪਾ ਕਰੋ, ਸਰਕਾਰਾਂ ਨੂੰ ਸਮਤ ਬਖਸ਼ੋ, ਸਿਸਟਮ ਨੂੰ ਰਾਹ ਪਾਓ, ਦਾਨਵੀ ਤਾਕਤਾਂ ਨੂੰ ਆਪ ਨੱਥੋ, ਲੁਕਾਈ ਨੂੰ ਸੋਝੀ ਪਾਓ ਬਖਸ਼ੋ, ਇਹ ਅਰਦਾਸ ਰੋਜ਼ ਕਰਦੇ ਹਾਂ। ਅਤੇ ਮਹਾਰਾਜ ਕਿਰਪਾ ਕਰਨ, ਇਹ ਵਾਤਾਵਰਨ ਜਿਸ ਤਰ੍ਹਾਂ ਪਵਿੱਤਰ ਵੇਈ ਸਾਫ਼ ਹੋਈ, ਇਸੇ ਤਰ੍ਹਾਂ ਹੀ ਚਿੱਟੀ ਵੇਈ ਵੀ ਸਾਫ਼ ਹੋਵੇ, ਬੁੱਢਾ ਦਰਿਆ, ਬੁੱਢਾ ਗੰਦਾ ਨਾਲਾ, ਫਿਰ ਬੁੱਢਾ ਦਰਿਆ ਬਣੇ, ਹੋਰ ਵੀ ਸਾਰੀਆਂ ਭਾਰਤ ਦੀਆਂ ਸਾਰੀਆਂ ਨਦੀਆਂ ਸਾਫ਼ ਸੁਥਰ ਹੋਣ, ਉਹਦੀ ਅਸੀਂ ਕਾਮਨਾ ਕਰਦੇ ਹਾਂ। ਜੇ ਐ ਨੂੰ ਕਹਿੰਦੇ ਹਾਂ ਅਤੇ ਅੱਜ ਆਪਾਂ ਇਹਨਾਂ ਮਹਾਨ ਸ਼ਖਸੀਅਤਾਂ ਤੋਂ ਇਹ ਜੋ ਆਪਾਂ ਨੂੰ ਮਾਰਗ ਦਰਸ਼ਨ ਕਰਨਗੇ ਅਤੇ ਕਿਸ ਤਰ੍ਹਾਂ ਆਮ ਨਾਗਰਿਕ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਸਕਦਾ, ਕਿਸ ਤਰ੍ਹਾਂ ਪ੍ਰੈਸ ਆਪਣੀ ਵਧੀਆ ਭੂਮਿਕਾ ਨਿਭਾ ਸਕਦੀ ਹੈ, ਕਿਸ ਤਰ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਸੀਂ ਐਜੂਕੇਟ ਕਰ ਸਕਦੇ ਹਾਂ, ਕਿਸ ਤਰ੍ਹਾਂ ਮਿਊਂਸੀਪਲ ਕਾਰਪੋਰੇਸ਼ਨ ਹਰਕਤ ਵਿੱਚ ਆ ਸਕਦੀ ਹੈ। ਸੋ ਬਹੁਤ ਯਤਨ ਹੋਏ ਆ ਅਸੀਂ, ਜੋ ਸਵੱਛ ਭਾਰਤ ਮਿਸ਼ਨ ਆ ਉਹਦੇ ਅੰਬੈਸਡਰ ਆ, ਅਤੇ ਬਹੁਤ ਪੈਸਾ ਜਿਹੜਾ ਹੈਗਾ ਸੈਂਟਰ ਸਰਕਾਰ ਵੱਲੋਂ ਵੀ ਸਾਰੀਆਂ ਮਿਊਂਸੀਪਲ ਕਮੇਟੀਆਂ ਨੂੰ ਜੋ ਮੰਗਿਆ ਸੋ ਦਿੱਤਾ, ਕਿਸੇ ਨੇ ਜੋ ਵੀ ਕਿਹਾ ਵੀ ਸਾਨੂੰ ਉਹ ਦੇ ਦਿਓ ਦਿੱਤਾ, ਪਰ ਉਹਦੇ ਬਾਵਜੂਦ ਕੰਮ ਨਹੀਂ ਹੋਇਆ। ਸੋ ਇਹਦੀ ਜਵਾਬਦੇਹੀ ਜੱਜ ਸਾਹਿਬ ਦੱਸਣਗੇ ਵੀ ਜਿਹੜੇ ਨਹੀਂ ਕਰਦੇ ਜਾਣ ਬੁੱਝ ਕੇ
ਇਹ ਵਾਤਾਵਰਣ ਨੂੰ ਪ੍ਰੇਰਿਤ ਕਰ ਰਿਹਾ, ਉਹਨਾਂ ਵਾਸਤੇ ਵੀ ਕੋਈ ਨਾ ਕੋਈ ਇਹਨਾਂ ਕੋਲ ਹਥਿਆਰ ਹੋਊਗਾ, ਕੋਈ ਨਾ ਕੋਈ ਇਹਨਾਂ ਦੀ ਕਲਮ ਦੇ ਵਿੱਚ ਦੇ ਰਾਹੀਂ ਕੁਛ ਨਾ ਕੁਛ ਕਰਨਗੇ। ਅਸੀਂ ਆਸ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਅਤੇ ਗੁਰੂ ਮਹਾਰਾਜ 'ਤੇ ਵਿਸ਼ਵਾਸ ਵੀ ਹੈ, ਜ਼ਰੂਰ ਸਤਿਗੁਰੂ ਬਾਂਹ ਫੜਨਗੇ। ਜਿਹੜਾ ਐਡਾ ਸ੍ਰਿਸ਼ਟੀ ਦਾ ਇਹ ਸੁੰਦਰ ਉਹਨਾਂ ਨੇ ਘਾੜਤ ਘੜੀ ਹੈ, ਇਹ ਇਹਨੂੰ ਇੰਨੀ ਛੇਤੀ ਤੋੜ ਨਹੀਂ ਸਕਦੇ, ਵਿਗਾੜ ਨਹੀਂ ਸਕਦੇ। ਉਹ ਮਾਲਕ ਇਹਦੇ ਪਿੱਛੇ ਬੈਠਾ, ਜ਼ਰੂਰ ਜਿਹੜਾ ਹੈ ਉਹ ਜਿਹੜਾ ਹੈ ਇਹਨੂੰ ਬਚਾਊਗਾ। ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਹੋ ਕੇ ਆਉਣ ਦੀ ਲੋੜ ਆ। ਸੋ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਮਹਿਮਾਨਾਂ ਦਾ। ਲਾਈਵ ਤੇਜ਼ ਚੈਨਲ ਦੇ ਲਈ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ।